ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਦੀ ਨਿਊ ਸੂਰਜ ਨਗਰੀ ਵਿੱਚ ਇੱਕ 60 ਸਾਲਾਂ ਵਿਅਕਤੀ ਵੱਲੋਂ 11 ਤੇ 9 ਸਾਲਾਂ ਦੀ ਬੱਚੀਆਂ ਨਾਲ ਮਾੜੀ ਨੀਅਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ ਜਿੱਥੇ ਪਰਿਵਾਰ ਨੇ ਦਲੇਰੀ ਦਾ ਸਬੂਤ ਵਿਖਾਉਂਦੇ ਹੋਏ ਇਨਸਾਫ ਲਈ ਹਰ ਤਰ੍ਹਾਂ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ, ਉੱਥੇ ਹੀ ਅਖਿਲ ਭਾਰਤੀ ਅਨੁਸੂਚਿਤ ਜਾਤੀ ਯੁਵਜਨ ਸਮਾਜ ਦੇ ਸੂਬਾ ਪ੍ਰਧਾਨ ਗੋਪੀ ਰਾਮ ਸਾਂਦੜ ਨੇ ਪੁਲਿਸ ਪ੍ਰਸ਼ਾਸਨ ਨੂੰ 48 ਘੰਟਿਆਂ ਦੇ ਅੰਦਰ ਅੰਦਰ ਨਾਮਜ਼ਦ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ। ਸੂਬਾ ਪ੍ਰਧਾਨ ਨੇ ਆਖਿਆ ਕਿ ਜੇਕਰ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਢਿੱਲ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਜਾਣਗੇ। ਉਧਰ ਇਸ ਮਾਮਲੇ ਤੇ ਦੋਵੇਂ ਲੜਕੀਆਂ ਦੇ 164 ਦੇ ਬਿਆਨ ਕਰਵਾਉਣ ਲਈ ਪਰਿਵਾਰ ਅਬੋਹਰ ਅਦਾਲਤ ਵਿੱਚ ਪੇਸ਼ ਹੋਇਆ। ਅਬੋਹਰ ਦੀ ਬੇਹੱਦ ਸ਼ਾਂਤ ਅਤੇ ਪੜ੍ਹੇ ਲਿਖੇ ਪਰਿਵਾਰਾਂ ਦੀ ਨਗਰੀ ਵਜੋਂ ਜਾਣੀ ਜਾਂਦੀ ਨਿਊ ਸੂਰਜ ਨਗਰੀ ਵਿੱਚ ਸਮਾਜ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ। 60 ਸਾਲ ਤੋਂ ਵੀ ਵੱਧ ਉਮਰ ਦੇ ਇੱਕ ਵਿਅਕਤੀ ਰਮੇਸ਼ ਕੁਮਾਰ ਬਟਲਾ ਤੇ ਇਲਜ਼ਾਮ ਹੈ ਕਿ ਉਹ ਟਿਊਸ਼ਨ ਪੜ੍ਹ ਕੇ ਵਾਪਸ ਆਪਣੇ ਘਰ ਨੂੰ ਪਰਤ ਰਹੀਆਂ 11 ਸਾਲਾਂ ਤੇ 9 ਸਾਲਾਂ ਦੀ ਸਹੇਲੀਆਂ ਨੂੰ ਉਸਾਰੀ ਅਧੀਨ ਮਕਾਨ ਵਿਖਾਉਣ ਦੇ ਬਹਾਨੇ ਉਸਾਰੀ ਅਧੀਨ ਮਕਾਨ ਵਿੱਚ ਅੰਦਰ ਲੈ ਗਿਆ ਅਤੇ ਉਸ 'ਚੋਂ ਵੱਡੀ ਲੜਕੀ ਨਾਲ ਕਥਿਤ ਤੌਰ ਤੇ ਗਲਤ ਕਰਨ ਦੀ ਨੀਅਤ ਨਾਲ ਅਸ਼ਲੀਲ ਹਰਕਤ ਕੀਤੀ, ਪਰ ਦੋਵੇਂ ਲੜਕੀਆਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਉਸਦੇ ਚੰਗੁਲ ਵਿੱਚੋਂ ਛੁਡਾ ਕੇ ਆਪਣੇ ਘਰ ਪਹੁੰਚ ਗਈਆਂ। ਮਾਮਲਾ ਥਾਣੇ ਤੱਕ ਪਹੁੰਚਿਆ ਤੇ ਪੁਲਿਸ ਨੇ ਲੜਕੀਆਂ ਦੇ ਬਿਆਨ ਤੇ ਰਮੇਸ਼ ਬਟਲਾ ਦੇ ਖਿਲਾਫ ਪੋਸਕੋ ਐਕਟ ਸਣੇ IPC ਦੀਆਂ ਕਈ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ, ਪਰ ਇਸ ਦੌਰਾਨ ਨਾਮਜ਼ਦ ਮੁਲਜ਼ਮ ਆਪਣੇ ਨਾਲ ਮੁਹੱਲੇ ਦੇ ਲੋਕਾਂ ਤੇ ਉਕਤ ਲੜਕੀਆਂ ਦੇ ਪਰਿਵਾਰ ਵੱਲੋਂ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਫੱਟੜ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਹਸਪਤਾਲ ਵਿੱਚ ਦਾਖਲ ਹੋ ਗਿਆ ਅਤੇ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਇਸ ਬਾਰੇ ਅੱਜ ਭਾਰਤੀ ਅਨੁਸੂਚਿਤ ਜਾਤੀ ਯੁਵਜਨ ਸਮਾਜ ਦੇ ਸੂਬਾ ਪ੍ਰਧਾਨ ਗੋਪੀ ਰਾਮ ਸਾਂਦੜ ਨੇ ਪੀੜਿਤ ਪਰਿਵਾਰ ਨਾਲ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਹੌਸਲਾ ਦਿੱਤਾ। ਉੱਥੇ ਵਿਸ਼ਵਾਸ ਵੀ ਦਵਾਇਆ ਕਿ ਉਹ ਉਹਨਾਂ ਦੇ ਨਾਲ ਖੜੇ ਹਨ ਅਤੇ ਇਨਸਾਫ ਲਈ ਹੁਣ ਇਹ ਲੜਾਈ ਉਹਨਾਂ ਦੀ ਆਪਣੀ ਹੈ। ਉਹਨਾਂ ਇਲਜ਼ਾਮ ਲਗਾਇਆ ਕਿ ਨਾਮਜ਼ਦ ਮੁਲਜ਼ਮ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਪਰਿਵਾਰ ਤੇ ਦਬਾਅ ਪਾਉਣ ਲਈ ਆਪਣੇ ਆਪ ਹੀ ਸੱਟਾ ਮਾਰ ਕੇ ਹਸਪਤਾਲ ਵਿੱਚ ਭਰਤੀ ਹੋਣ ਦਾ ਜੋ ਡਰਾਮਾ ਰਚਿਆ ਹੈ ਉਸ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਜਦ ਤੱਕ ਇਹਨਾਂ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਇਸ ਮਾਮਲੇ ਤੋਂ ਪਾਸੇ ਨਹੀਂ ਹੋਣਗੇ ਅਤੇ ਮੁਲਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਡੱਕਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹਨ। ਇਸ ਤਰ੍ਹਾਂ ਇੱਥੇ ਕੱਲ੍ਹ ਜਦੋਂ ਮੈਨੂੰ ਪਤਾ ਲੱਗਾ ਵੀ ਮਾਸੂਮ ਬੱਚੀਆਂ ਇੱਕ 11 ਸਾਲ ਦੀ ਬੱਚੀ ਸੀ, ਇੱਕ 9 ਸਾਲ ਦੀ ਬੱਚੀ ਸੀ, ਜਿਹਦੇ ਨਾਲ ਇੱਥੇ ਰਮੇਸ਼ ਬਟਲੇ ਨਾਂ ਦੇ ਵਿਅਕਤੀ ਨੇ ਬੱਚਿਆਂ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਆਪਦੀ ਕੋਠੀ ਦੇ ਵਿੱਚ ਨਵੀਂ 'ਚ ਬਣਾ ਰਿਹਾ ਸੀ ਜਿਹਦੇ 'ਚ ਲੈ ਕੇ ਗਿਆ। ਪਰ ਅੱਜ ਪਰਿਵਾਰ ਨੂੰ ਮਿਲ ਕੇ, ਕਿਉਂ ਪਰਿਵਾਰ ਨੇ ਜਦੋਂ ਸਾਡੇ ਨਾਲ ਰਾਤੀ ਗੱਲਬਾਤ ਕੀਤੀ, 11 ਵਜੇ ਤੱਕ ਮੇਰੇ ਨਾਲ ਛਿਡਾਣਾ ਸਾਹਿਬ ਨੇ ਗੱਲ ਕੀਤੀ ਸੀਗੀ ਜਦੋਂ ਗੱਲਬਾਤ ਕੀਤੀ, ਕਿਉਂਕਿ ਇਹ ਘਟਨਾਵਾਂ ਬਹੁਤ ਹੀ ਮਾੜੀਆਂ ਨੇ ਜਿਵੇਂ ਆਪਾਂ ਦੇਖਿਆ ਸਮਾਜ ਦੇ ਵਿੱਚ, ਅਤੇ ਇਹ ਘਟਨਾਵਾਂ ਇਹਦੇ 'ਚ ਕਿਸੇ ਪਾਰਟੀ ਦਾ ਨਹੀਂ, ਮਤਲਬ ਕੋਈ ਭਾਵੇਂ ਉਹ ਕਿਸੇ ਮਰਜ਼ੀ ਪਾਰਟੀ ਦਾ ਹੋਵੇ, ਮੈਨੂੰ ਪਤਾ ਲੱਗਿਆ ਜਿੱਥੋਂ ਤੱਕ ਉਹ BJP ਦੇ ਵਿੱਚ ਕੋਈ ਆਗੂ ਸੀਗਾ, ਪਰ ਕੋਈ ਪਾਰਟੀ ਇਹ ਨਹੀਂ ਕਹਿੰਦੀ ਵੀ ਕਿਸੇ ਨੂੰ ਇਹੋ ਜਿਹੀ ਹਰਕਤ ਕਰੇ। ਪਰ ਮੇਰਾ ਇਹਸਾਫ ਤਾਂ ਸਪਸ਼ਟ ਹੈ, ਅਸੀਂ ਸਭੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਹੈਗੇ ਹਾਂ ਅਤੇ ਇਸ ਸਮਾਜ ਦੇ ਵਿੱਚ ਜੇਕਰ ਕੋਈ ਅਜਿਹੋ ਜਿਹੀ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਹਨੂੰ ਨਹੀਂ ਛੱਡਾਂਗੇ। ਇੱਕ ਜਿਹੜੀ ਵੱਡੀ ਗੱਲ ਹੈ, ਮੈਨੂੰ ਹੋਰ ਪਤਾ ਲੱਗਿਆ ਵੀ ਉਹਨਾਂ ਨੇ ਘਟਨਾ ਕਰਨ ਤੋਂ ਬਾਅਦ ਜਦੋਂ ਪੁਲਿਸ ਹਰਕਤ ਦੇ ਵਿੱਚ ਆਈ ਹੈ ਤਾਂ ਉਹਨਾਂ ਨੇ ਇੱਕ ਡਰਾਮਾ ਰਚਿਆ, ਡਰਾਮਾ ਇੱਕ ਲੜਾ ਹਮਲਾ ਦਿਖਾ ਕੇ ਅਤੇ ਹਸਪਤਾਲ ਦੇ ਵਿੱਚ ਐਡਮਿਟ ਹੋਏ ਨੇ। ਮੇਰਾ ਉਹਨਾਂ ਨੂੰ ਜਿਹੜੇ ਘਟੀਆ ਮਾਨਸਿਕ ਦੇ ਲੋਕਾਂ ਨੂੰ ਚੈਲੰਜ ਹੈ ਵੀ ਤੁਸੀਂ ਭਾਵੇਂ ਜਿੰਨੇ ਮਰਜ਼ੀ ਹਮਲੇ ਦਿਖਾ ਲਓ, ਜੋ ਮਰਜ਼ੀ ਕਰ ਲਓ, ਜਦੋਂ ਤੱਕ ਇਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਦਾ ਨਹੀਂ, ਜਦੋਂ ਤੱਕ ਇਹਨਾਂ ਨੂੰ ਪਰਿਵਾਰ ਨੂੰ ਇਨਸਾਫ ਨਹੀਂ ਦਵਾਉਂਦਾ, ਜਦੋਂ ਤੱਕ ਉਹ ਬੱਚੀਆਂ ਇਹਨਾਂ ਦੀਆਂ ਨਹੀਂ, ਉਹ ਮੇਰੀਆਂ ਬੱਚੀਆਂ ਨੇ, ਜਦੋਂ ਤੱਕ ਉਹ ਛੋਟੀਆਂ ਬੱਚਿਆਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਮੈਂ ਇਸ ਕੇਸ ਦਾ ਖੇੜਾ ਨਹੀਂ ਛੱਡਣਾ। ਅਤੇ ਅੱਜ SHO ਨੂੰ ਮਿਲਣਾ, ਉਸ ਤੋਂ ਬਾਅਦ SP ਸਾਹਿਬ ਨੂੰ ਮਿਲਣਾ ਅਤੇ ਇਹਨਾਂ ਦੇ ਖਿਲਾਫ਼ ਠੋਕ ਕੇ ਕਾਰਵਾਈ ਕਰਨੀ ਹੈ। ਅਤੇ 48 ਘੰਟਿਆਂ ਦਾ ਟਾਈਮ ਹੈ, 48 ਘੰਟਿਆਂ ਦੇ ਵਿੱਚ ਉਹ ਦੋਸ਼ੀ ਨੂੰ ਅਰੈਸਟ ਕਰੋ, ਨਹੀਂ ਤਾਂ ਫਿਰ ਸੜਕਾਂ 'ਤੇ ਆ ਜਾਵਾਂਗੇ ਬਈ, ਸਿੱਧੀ ਗੱਲ ਹੈ।
ਪੀੜਿਤ ਲੜਕੀ ਦੇ ਪਿਤਾ ਨੇ ਭਰੇ ਮਨ ਨਾਲ ਨਿਊਜ਼ ਟੈਂਪਲ ਦੀ ਟੀਮ ਨਾਲ ਇੱਕ ਖਾਸ ਗੱਲਬਾਤ ਦੌਰਾਨ ਘਟਨਾ ਬਾਰੇ ਦੱਸਿਆ ਕਿ ਉਸਦੀ ਬੇਟੀ ਆਪਣੀ ਸਹੇਲੀ ਨਾਲ ਟਿਊਸ਼ਨ ਤੇ ਗਈ ਸੀ ਅਤੇ ਇਸ ਦੌਰਾਨ ਉਹਨਾਂ ਦੀ ਇੱਕ ਸਹੇਲੀ ਦਾ ਕੁਝ ਕੰਮ ਪੈਂਡਿੰਗ ਰਹਿਣ ਕਰਕੇ ਉਹ ਗਲੀ ਦੇ ਬਾਹਰ ਖੇਡਣ ਲਈ ਆ ਗਈਆਂ। ਟਿਊਸ਼ਨ ਵਾਲੀ ਥਾਂ ਦੇ ਨਾਲ ਹੀ ਰਮੇਸ਼ ਭੱਟਲਾ ਨਾਂ ਦੇ ਇੱਕ ਵਿਅਕਤੀ ਵੱਲੋਂ ਮਕਾਨ ਬਣਾਇਆ ਜਾ ਰਿਹਾ ਹੈ। ਉਸਨੇ ਦੋਵੇਂ ਬੱਚਿਆਂ ਨੂੰ ਮਕਾਨ ਦਿਖਾਉਣ ਦੇ ਬਹਾਨੇ ਅੰਦਰ ਬੁਲਾ ਲਿਆ, ਜਿੱਥੇ ਉਸਨੇ ਉਹਨਾਂ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ ਜੀ, ਇਹ ਬੱਚੇ ਨਾ ਜੀ ਟਿਊਸ਼ਨ ਪੜ੍ਹਨ ਜਾਂਦੇ ਸੀ ਜੀ, ਸਾਡੇ ਪੜੋਸ ਦੇ ਵਿੱਚ ਹੀ ਘਰ ਹੈ ਮੁੜ ਕੇ, ਅਤੇ ਬੱਚੇ ਇੱਕ ਬਿਟੀਆ ਉੱਥੇ ਹਲੇ ਉਹਦਾ ਥੋੜ੍ਹਾ ਕੰਮ ਪੈਂਡਿੰਗ ਰਹਿ ਗਿਆ ਸੀਗਾ, ਤਾਂ ਉਹ ਬੱਚੇ ਸ਼ਾਮ ਨੂੰ ਥੋੜ੍ਹਾ ਜਿਹਾ ਫਰੈਸ਼ ਹੋਣ ਵਾਸਤੇ ਖੇਡਦੇ ਹੈ ਵੀ ਚਲੋ ਥੋੜ੍ਹਾ ਬਹੁਤ ਖੇਡ ਲਈਏ, ਅਤੇ ਉਹ ਬੱਚੇ ਨੂੰ ਲੈਣ ਵਾਸਤੇ ਗਏ ਸੀ ਵੀ ਹਾਂਜੀ ਮੈਂ ਨਾ ਮਤਲਬ ਬੱਚੇ ਨੂੰ ਲਿਆਈਏ ਅਤੇ ਅਸੀਂ ਖੇਡ ਲਈ। ਦੋ ਬੱਚੀਆਂ ਸਾਡੀਆਂ, ਇੱਕ ਸੇਤੀਆ ਫੈਮਿਲੀ ਦੀ ਇੱਕ ਸਾਡੀ, ਅਤੇ ਇਹ ਬੱਚੀਆਂ ਜਦੋਂ ਗਈਆਂ ਤਾਂ ਉਹ ਅੰਕਲ ਨੇ ਆਵਾਜ਼ ਮਾਰੀ ਜੀ ਸਾਡੇ ਪੜੋਸ 'ਚ ਇੱਕ ਮਕਾਨ ਬਣ ਰਿਹਾ, ਦੇੜ ਉਮਰ ਦਾ ਬੰਦਾ ਜਿਹਦਾ ਨਾਮ ਰਮੇਸ਼ ਭੱਟਲਾ ਜੀ, ਅਤੇ ਉਹਨੇ ਜੀ ਆਵਾਜ਼ ਮਾਰ ਲਈ, ਉਮਰ ਉਹਦੀ 60+ ਹੈ, ਕਿ ਬੇਟਾ ਮਤਲਬ ਮਕਾਨ ਮੇਰਾ ਨਵਾਂ ਬਣ ਰਿਹਾ ਅਤੇ ਆ ਜਾਓ ਮੈਂ ਤੁਹਾਨੂੰ ਦਿਖਾਵਾਂ। ਅਤੇ ਉਹ ਜਦੋਂ ਦੇਖਣ ਨੂੰ ਜੀ ਬੱਚੇ ਨੂੰ ਹੁੰਦਾ ਵੀ ਚਲੋ ਦੇਖ ਲਈਏ ਵੀ ਸਾਡੇ ਦਾਦੇ ਵਰਗਾ, ਅਤੇ ਉਹ ਅੰਦਰ ਜੀ ਲੈ ਗਿਆ ਜੀ। ਉਸ ਤੋਂ ਬਾਅਦ ਜੀ ਉਹ ਬੱਚਿਆਂ ਨੂੰ ਉਹਨਾਂ ਨੇ ਫੜ ਲਿਆ ਅਤੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਨ ਲੱਗ ਗਿਆ। ਲੜਕੀ ਦੇ ਪਿਤਾ ਨੇ ਦੱਸਿਆ ਕਿ ਬੱਚਿਆਂ ਨੇ ਆਪਣੇ ਆਪ ਨੂੰ ਉਸਦੇ ਚੰਗੂ 'ਚ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਉੱਥੋਂ ਪੌੜੀਆਂ ਰਾਹੀਂ ਥੱਲੇ ਭੱਜ ਕੇ ਆ ਗਈਆਂ। ਇਸ ਦੌਰਾਨ 9 ਸਾਲਾ ਲੜਕੀ ਦੇ ਵਾਲ ਰਮੇਸ਼ ਵਟਲਾ ਦੇ ਹੱਥ ਵਿੱਚ ਆ ਗਏ, ਪਰ ਕਿਸਮਤ ਚੰਗੀ ਸੀ ਕਿ ਹੱਥ ਵਿੱਚ ਵਾਲਾਂ 'ਤੇ ਚੜਾਈ ਗਈ ਰਬੜ ਉਸਦੇ ਹੱਥ ਵਿੱਚ ਆ ਗਈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਨੂੰ ਬੈਡ ਟੱਚ ਅਤੇ ਗੁੱਡ ਟੱਚ ਬਾਰੇ ਜਾਣਕਾਰੀ ਸੀ ਤਾਂ ਬਚਤ ਹੋ ਗਈ, ਨਹੀਂ ਤਾਂ ਉਹ ਅੱਜ ਕਿਸੇ ਹੋਰ ਹਾਲਤ ਵਿੱਚ ਹੁੰਦੀ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਉਕਤ ਵਿਅਕਤੀ ਦੇ ਖਿਲਾਫ ਹੁਣ ਉਜਾਗਰ ਹੋ ਰਹੇ ਹਨ, ਇਸ ਲਈ ਉਹ ਤਾਂ ਸਿਰਫ ਇਨਸਾਫ ਦੀ ਮੰਗ ਕਰ ਰਹੇ ਹਨ ਅਤੇ ਉਸਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬੱਚੇ ਛੁਡਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਉਹਨੇ ਜੀ ਦੋਨਾਂ ਨੂੰ ਚੰਗੀ ਤਰ੍ਹਾਂ ਫੜ ਕੇ ਅਤੇ ਉੱਪਰ ਲੈ ਗਿਆ ਜੀ, ਉੱਪਰ ਲੈ ਗਿਆ ਜੀ। ਉੱਪਰਲੀ ਬਿਲਡਿੰਗ ਵੱਲ ਦਿਖਾਉਣ ਦੇ ਚੱਕਰ 'ਚ ਜੀ ਕਹਿੰਦੇ ਮੈਂ ਤੁਹਾਨੂੰ ਦਿਖਾਉਣਾ ਜੀ। ਬੱਚੀ ਮੇਰੀ 11 ਸਾਲ ਦੀ ਹੈ ਜੀ, ਉਹਨੂੰ ਥੋੜ੍ਹੀ ਸਮਝ ਸੀਗੀ, ਉਹਨੂੰ ਲੱਗਿਆ ਵੀ ਮੇਰੇ ਨਾਲ ਕੁਛ ਗਲਤ ਹੋ ਰਿਹਾ, ਠੀਕ ਹੈ ਜੀ। ਉਹ ਜੀ ਬੱਚੀ ਨੇ ਜਦੋਂ ਇਹ ਅਹਿਸਾਸ ਹੋਇਆ ਵੀ ਮੇਰੇ ਨਾਲ ਇਹ ਕੁਛ ਅੰਕਲ ਗਲਤ ਕਰ ਰਹੇ ਹੈ ਜਿਹੜਾ ਕਿ ਸਹੀ ਨਹੀਂ ਲੱਗਿਆ ਉਹਨੂੰ, ਤਾਂ ਉਹ ਬੱਚੀ ਪਿੱਛੇ ਛੋਟੀ ਬੱਚੀ ਸੀ 9 ਸਾਲ ਦੀ, 8+ ਏਜ ਹੁੰਦੀ ਹੈਗੀ ਹੈ। ਉਹ ਬੱਚੀ ਦਾ ਹਾਈਟ ਤਾਂ ਸ਼ਾਇਦ ਮੇਰੀ ਬੱਚੀ ਜਿੱਡੀ ਹੈ, ਲੇਕਿਨ ਉਹਦਾ ਉਹਨਾਂ ਮਾਨਸਿਕ ਵਿਕਾਸ ਸ਼ਾਇਦ ਨਹੀਂ ਹੋਇਆ, ਉਹਨੂੰ ਇਹ ਨਹੀਂ ਅਹਿਸਾਸ ਵੀ ਉਹਦੇ ਨਾਲ ਗਲਤ ਕੁਛ ਹੋ ਰਿਹਾ। ਅੱਜ ਕੱਲ੍ਹ ਸਕੂਲਾਂ ਦੇ ਵਿੱਚ ਵੀ ਬੈਡ ਟੱਚ ਗੁੱਡ ਟੱਚ ਦੱਸਦੇ ਹੈ। ਜਦੋਂ ਉਹ ਭੱਜੀ ਜੀ ਉਹ ਪੌੜੀਆਂ ਤੋਂ, ਕਿਉਂਕਿ ਉਹ ਬਜ਼ੁਰਗ ਬੰਦਾ ਸੀ ਉਹ ਥੋੜ੍ਹਾ ਸਲੋ ਹੋ ਗਿਆ, ਅਤੇ ਇਹ ਬੱਚੀਆਂ ਥੋੜ੍ਹਾ ਫਾਸਟ ਹੋ ਗਈਆਂ। ਫਾਸਟ ਹੋਈਆਂ ਜੀ, ਇਹਨੇ ਜੀ ਜਿਹੜੀ ਛੋਟੀ ਬੱਚੀ ਹੈ 9 ਸਾਲ ਦੀ ਉਹਦੇ ਵਾਲ ਪਕੜੇ ਜੀ, ਵਾਲ ਪਕੜੇ, ਅਤੇ ਲੇਕਿਨ ਉਹ ਵਾਲ ਉਹਦੇ ਹੱਥਾਂ 'ਚੋਂ ਛੁੱਟ ਗਏ ਕਿਉਂਕਿ ਉਹ ਸਪੀਡ ਨਾਲ ਸੀ ਬੱਚੀ, ਅਤੇ ਉਹਦੇ ਹੱਥ ਉਹਦਾ ਰਬੜ ਆ ਗਿਆ, ਬੈਂਡ ਆ ਗਿਆ, ਰਬੜ ਉਹਨੂੰ ਬੈਂਡ ਚਲਾ ਕੇ ਮਾਰਿਆ ਉਹਨੇ। ਬੱਚੇ ਜੀ ਇਸ ਤਰ੍ਹਾਂ ਉਹ ਬਚ ਕੇ ਬਾਹਰ ਆ ਗਏ। ਬਹੁਤ ਮਤਲਬ ਨਜਾਇਜ਼ ਬੱਚਿਆਂ ਨਾਲ ਹੋਈ, ਅਤੇ ਬੱਚਤ ਇਹ ਹੋ ਗਈ ਵੀ ਉਹ ਬੱਚੇ ਬੈਡ ਟੱਚ ਗੁੱਡ ਟੱਚ ਦਾ ਥੋੜ੍ਹੀ ਜਾਣਕਾਰੀ ਰੱਖਦੇ ਸੀ ਜਿਹੜੇ ਕਿ ਆ ਗਏ, ਨਹੀਂ ਤਾਂ ਅਸੀਂ ਅੱਜ ਹੋਰ ਸਥਿਤੀ 'ਤੇ ਹੁੰਦੇ। ਹੁਣ ਸਾਡੀ ਤਾਂ ਇਹੀ ਗੁਜ਼ਾਰਿਸ਼ ਹੈ ਜੀ ਵੀ ਅਸੀਂ ਇਸ ਬੰਦੇ ਦੇ ਖਿਲਾਫ਼ ਪਹਿਲਾਂ ਵੀ ਇਸ ਤਰ੍ਹਾਂ ਦੇ ਘਟਨਾਕ੍ਰਮ ਹੁੰਦੀਆਂ ਰਹੀਆਂ, ਲੇਕਿਨ ਕੋਈ ਬੰਦਾ ਸਾਹਮਣੇ ਆ ਕੇ ਦੱਸਦਾ ਨਹੀਂ, ਅਤੇ ਅਸੀਂ ਦੋਨਾਂ ਪਰਿਵਾਰਾਂ ਨੇ ਇਹ ਉੱਤਾ ਚੱਕਿਆ ਵੀ ਸਾਡਾ ਚਾਹੇ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਸਜ਼ਾ ਦਿਵਾਉਣੀ। ਨਿਊ ਸੂਰਜ ਨਗਰੀ ਵਿੱਚ ਵਾਪਰਿਆ ਇਹ ਮਾਮਲਾ ਜਿੱਥੇ ਸੀਨੀਅਰ ਸਿਟੀਜ਼ਨਸ ਵਰਗ ਨੂੰ ਮਿਲਣ ਵਾਲੇ ਮਾਣ ਸਨਮਾਨ ਨੂੰ ਸ਼ਰਮਸਾਰ ਕਰਨ ਵਾਲਾ ਹੈ, ਉੱਥੇ ਬਜ਼ੁਰਗਾਂ ਕੋਲ ਬੱਚੇ ਮਹਿਫੂਜ਼ ਹਨ ਦੀ ਸੋਚ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਪਰਿਵਾਰ ਦੇ ਮਾਮਲੇ ਨੂੰ ਇੱਥੇ ਹੀ ਠੱਪ ਕਰਨ ਲਈ ਕਈ ਤਰ੍ਹਾਂ ਦੇ ਦਬਾਅ ਮੁਲਜ਼ਮ ਦੇ ਸਗੇ ਸਬੰਧੀਆਂ ਵੱਲੋਂ ਪਾਇਆ ਜਾ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਆਪਣੇ ਫਰਜ਼ ਅਤੇ ਜ਼ਿੰਮੇਵਾਰੀ ਨੂੰ ਕਿਸ ਤਰੀਕੇ ਨਾਲ ਨਿਭਾਉਂਦੀ ਹੈ ਤਾਂ ਜੋ ਬੱਚੀਆਂ ਆਪਣੇ ਆਪ ਨੂੰ ਮਹਿਫੂਜ਼ ਸਮਝ ਸਕਣ ਅਤੇ ਉਹਨਾਂ ਦਾ ਵਿਸ਼ਵਾਸ ਪੁਲਿਸ ਪ੍ਰਸ਼ਾਸਨ ਪ੍ਰਤੀ ਹੁਣੇ ਤੋਂ ਬਣੇ।